ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਬੀਐਸ ਮਾਸਟਰ 6 ਇੰਗਲਿਸ਼ ਇਲੈਕਟਿਵ ਦੀ ਵੀਡੀਓ ਸੀਰੀਜ਼ ਅੱਜ ਮੈਂ ਲਾਂਚ ਕਰਨ ਜਾ ਰਹੀ ਹਾਂ 1 ਬਾਈ 1 ਟਾਪਿਕਸ ਨੂੰ ਕਵਰ ਕਰਾਂਗੇ ਕੰਨਿਆਦਾਨ ਜਿਹੜਾ ਹੈਗਾ ਇੱਕ ਡਰਾਮਾ ਹੈਗਾ ਤੇ ਇਸ ਦੇ ਵਿੱਚ ਜਿਹੜਾ ਹੈਗਾ ਮਰਾਠੀ ਲੈਂਗੁਏਜ ਚ ਇਹ ਪਹਿਲਾਂ ਲਿਖਿਆ ਗਿਆ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈ ਇਹਦੀਆਂ ਕਾਫੀ ਸਾਰੀਆਂ ਟ੍ਰਾਂਸਲਿਟਰੇਸ਼ਨਸ ਹੋਈਆਂ ਸੀਆਂ ਸੋ ਵਿਜੇ ਤੰਦੁਲਕਰ ਦੇ ਬਾਰੇ ਸਭ ਤੋਂ ਪਹਿਲਾਂ ਜਾਣਾਂਗੇ ਤਾਂ ਇਸ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਬੀ ਐਸ ਐਮ 2 ਸੈਮ 4 ਅਤੇ ਸੈਮ 6 ਦੇ ਵਿਦਿਆਰਥੀਆਂ ਨਾਲ ਸ਼ੇਅਰ ਜ਼ਰੂਰ ਕਰਿਓ ਵਿਜੇ ਤੇਂਦੁਲਕਰ ਦੇ ਬਾਰੇ ਸਭ ਤੋਂ ਪਹਿਲਾਂ ਪੜਾਂਗੇ ਬਿਕੋਜ਼ ਸਭ ਤੋਂ ਪਹਿਲਾਂ ਬੇਸ ਬਣਾਉਣਾ ਜ਼ਰੂਰੀ ਹੈ ਸਮਰੀ ਥੀਮ ਕਰਨ ਤੋਂ ਪਹਿਲਾਂ ਸਾਨੂੰ ਸਟੋਰੀ ਸਮਝਣ ਤੋਂ ਪਹਿਲਾਂ ਸਾਨੂੰ ਰਾਈਟਰ ਦੇ ਬਾਰੇ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਵਿਜੇ ਤੇਂਦੁਲਕਰ ਵਾਸ ਅ ਗ੍ਰੇਟ ਮਰਾਠੀ ਪਲੇਅਰ ਆਈਡ ਫਰਮ ਦਾ ਮਹਾਰਾਸ਼ਟਰ ਮਹਾਰਾਸ਼ਟਰ ਤੋਂ ਇਹ ਹੋਏ ਨੇ ਬਹੁਤ ਹੀ ਜ਼ਿਆਦਾ ਮਰਾਠੀ ਲੈਂਗੁਏਜ ਦੇ ਪਲੇਅਰ ਆਈਡ ਹੋਏ ਨੇ ਹੀ ਵਾਸ ਅ ਲੀਡਿੰਗ ਇੰਡੀਅਨ ਪਲੇਅਰ ਆਈਡ ਮੂਵੀ ਐਂਡ ਟੈਲੀਵਿਜ਼ਨ ਰਾਈਟਰ ਲਿਟਰੇਰੀ ਐਸੇਇਸਟ ਪੋਲੀਟੀਕਲ ਜਰਨਲਿਸਟ ਐਂਡ ਸੋਸ਼ਲ ਕਮੈਂਟੇਟਰ ਮੇਨਲੀ ਇਨ ਦਾ ਮਰਾਠੀ ਲੈਂਗੁਏਜ ਤਾਂ ਮਰਾਠੀ ਲੈਂਗੁਏਜ ਦੇ ਵਿੱਚ ਮਰਾਠੀ ਭਾਸ਼ਾ ਸੀ ਇਹਨਾਂ ਦੀ ਬਿਕੋਜ਼ ਦੇ ਮਹਾਰਾਸ਼ਟਰ ਤੋਂ ਹੋਏ ਆ ਤਾਂ ਇਹ ਇੰਡੀਅਨ ਪਲੇ ਰਾਈਟ ਹੋਏ ਨੇ ਟੈਲੀਵਿਜ਼ਨ ਦੇ ਉੱਤੇ ਵੀ ਉਹਨਾਂ ਨੇ ਬਹੁਤ ਕੁਝ ਲਿਖਿਆ ਮੂਵੀਜ਼ ਬਹੁਤ ਜ਼ਿਆਦਾ ਸਕ੍ਰਿਪਟ ਦਿੱਤੀਆਂ ਅਤੇ ਉਹਨਾਂ ਨੇ ਬਹੁਤ ਸਾਰੇ ਐਸੇਸ ਵੀ ਲਿਖੇ ਪੋਲੀਟੀਕਲ ਜਰਨਲਿਸਟ ਵੀ ਰਹੇ ਨੇ ਅਤੇ ਨਾਲ ਹੀ ਕੋਈ ਵੀ ਸੋਸ਼ਲ ਇਸ਼ੂ ਹੁੰਦਾ ਸੀ ਤਾਂ ਉਹ ਕਮੈਂਟਸ ਆਪਣੇ ਜ਼ਰੂਰ ਦਿੰਦੇ ਸੀ ਰਿਮਾਰਕਸ ਆਪਣੇ ਜ਼ਰੂਰ ਦਿੰਦੇ ਸੀ ਹਿਸ ਫੁੱਲ ਨੇਮ ਵਾਸ ਵਿਜੇ ਧੋਂਦੋਪਤ ਤੰਦੁਲਕਰ ਉਹਨਾਂ ਦਾ ਪੂਰਾ ਨਾਮ ਸੀ ਵਿਜੇ ਧੋਂਦੋਪਤ ਹੀ ਵਾਸ ਬੌਰਨ ਐਟ ਕੋਲਾਪੁਰ ਇਨ ਮਹਾਰਾਸ਼ਟਰ ਮਹਾਰਾਸ਼ਟਰ ਦੇ ਕੋਲਾਪੁਰ ਵਿੱਚ ਇਹਨਾਂ ਦਾ ਜਨਮ ਹੋਇਆ ਹੀ ਗਾਟ ਮੈਨੀ ਅਵਾਰਡਸ ਲਾਈਕ ਸੰਗੀਤ ਨਾਟਕ ਅਕੈਡਮੀ ਅਵਾਰਡ ਇਨ 1970 ਸੰਗੀਤ ਨਾਟਕ ਅਕੈਡਮੀ ਫੋਲੋਸ਼ਿਪ ਇਨ 1998 ਪਦਮ ਭੂਸ਼ਣ ਇਨ 1984 ਤਾ 1984 ਵਿੱਚ ਪਦਮ ਪੋਸ਼ਣ ਅਵਾਰਡ 1998 ਦੇ ਵਿੱਚ ਅਕੈਡਮੀ ਫੈਲੋਸ਼ਿਪ ਮਿਲੀ ਇਹਨਾਂ ਨੂੰ ਸੰਗੀਤ ਨਾਟਕ ਫੈਲੋਸ਼ਿਪ ਅਤੇ ਸੰਗੀਤ ਨਾਟਕ ਅਕਾਡਮੀ ਅਵਾਰਡ ਜਿਹੜਾ ਸੀ 1970 ਵਿੱਚ ਮਿਲਿਆ ਹੀ ਹੈ ਹੀਟ ਰਿਟਨ 30 ਅਪਰੋਕਸੀਮੇਟਲੀ 30 ਪਲੇਸ 1 ਐਕਟ ਡਰਾਮਾ 4 ਸ਼ਾਰਟ ਸਟੋਰੀਜ਼ 6 ਕਲੈਕਸ਼ਨ ਆਫ ਚਿਲड्रन ਪਲੇ ਤਾਂ ਉਹਨਾਂ ਨੇ 30 ਦੇ ਕਰੀਬ ਪਲੇ ਲਿਖੇ 1 ਐਕਟ ਡਰਾਮਾਸ ਕਾਫੀ ਲਿਖੇ 4 ਸ਼ਾਰਟ ਸਟੋਰੀਜ਼ ਲਿਖੀਆਂ 6 ਜਿਹੜੀਆਂ ਨੇ ਕਲੈਕਸ਼ਨ ਆਫ ਚਿਲड्रन ਪਲੇ ਦੀਆਂ ਲਿਖੀਆਂ दो नॉवल लिखे एंड सतारा फिल्मा दिनिप भी लिखिया ही रोट मैनी लिखे पोर्ट्रेड सोशियो पोलिटिकल इन ड्रामा ਆਪਣੇ ਡਰਾਮਾ ਆਪਣੇ ਪਲੇ ਦੇ ਵਿੱਚ ਉਹਨਾਂ ਨੇ ਸੋਸ਼ੀਓ ਪੋਲਿਟੀਕਲ ਇਸ਼ੂਜ਼ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਪ੍ਰੋਬਲਮਸ ਦੇ ਉੱਤੇ ਲਿਖਿਆ ਇਨ ਕੰਨਿਆਦਾਨ ਕੰਨਿਆਦਾਨ ਇੱਕ ਬਹੁਤ ਹੀ ਜ਼ਿਆਦਾ ਕੰਟਰੋਵਰਸੀਅਲ ਜਿਹੜਾ ਸੀਗਾ ਪਲੇ ਰਿਹਾ ਹੈ ਬਹੁਤ ਹੀ ਕੰਟਰੋਵਰਸੀ ਹੋਈ ਹੋਈ ਹੈ ਬਹੁਤ ਸਾਰੇ ਕਮੈਂਟਸ ਆਏ ਬਹੁਤ ਹੀ ਕ੍ਰਿਟਿਸਿਜ਼ਮ ਇਹਨਾਂ ਦਾ ਕੀਤਾ ਗਿਆ ਸੋ ਕੰਨਿਆਦਾਨ ਦੇ ਵਿੱਚ ਹੀ ਡਿਪੀਕਟਡ ਦਾ ਕਨਫਲਿਕਟ ਬੀਟਵੀਨ ਅਪਰ ਕਲਾਸ ਐਂਡ ਦਾ ਲੋਅਰ ਕਲਾਸ ਤੋਂ ਯੂ ਕੈਨ ਸੇ ਦਲਿਤ ਤਾਂ ਉਹਨਾਂ ਨੇ ਇਸ ਪਲੇ ਦੇ ਵਿੱਚ ਜਿਹੜਾ ਹੈ ਇੱਕ ਕਨਫਲਿਕਟ ਜਿਹੜਾ ਹੈ ਦਿਖਾਇਆ ਅਪਰ ਕਲਾਸ ਦਾ ਅਤੇ ਲੋਅਰ ਕਲਾਸ ਦਾ ਜਿਹੜੇ ਕਿ ਡਲਿੱਥ ਹੁੰਦੇ ਨੇ ਹੀ ਕ੍ਰਿਟੀਸਾਈਜ਼ਸ ਦਾ ਪੋਲੀਟੀਸ਼ੀਅਨਸ ਓਨ ਦਾ ਬੇਸਿਸ ਆਫ ਥੈਟ ਕਿ ਰਾਦਰ ਥੈਨ ਰਿਮੂਵਿੰਗ ਦਾ ਐਵਲ ਆਫ ਦਾ ਕਲਾਸ ਡਿਸਕ੍ਰਿਮੀਨੇਸ਼ਨ ਦੇ ਕੈਪਟਲਾਈਜ਼ਡ ਇਟ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਇਸ ਨੂੰ ਜੜੋਂ ਪੁੱਟਣ ਦੀ ਬਜਾਏ ਸੋਸ਼ਲ ਡਿਸਕ੍ਰਿਮੀਨੇਸ਼ਨ ਨੂੰ ਇਸ ਨੂੰ ਜਿਹੜਾ ਹੈ ਕੈਪਟਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੀ ਪ੍ਰੈਜ਼ੈਂਟਡ दिस एवेल इन अ ग्रेट वे इस बुराई में उन्होंने बहुत बखूबी जोड़ा है वह प्रिजेंट किया इट इज़ अ मराठी प्ले मराठी प्ले है विजय तेंदुलकर रोट वट एवर ही सो जो कुछ देखते दे लिखते दे सो फील करते जो रिलाइज करते लिखते स ही पावरफुल बहुत ही ज़्यादा तरीके बहुत ही ज़्यादा जोरदार तरीके ਉਹਨਾਂ ਨੇ ਆਰਟੀਕੂਲੇਟਡ ਸੋਸ਼ੀਓ ਪੋਲੀਟੀਕਲ ਸਿਚੁਏਸ਼ਨਸ ਇਨ ਹਿਸ ਪਲੇਸ ਉਹਨਾਂ ਨੇ ਸੋਸ਼ਲ ਮੁੱਦੇ ਪੋਲੀਟੀਕਲ ਮੁੱਦਿਆਂ ਦੇ ਉੱਤੇ ਸਿਚੁਏਸ਼ਨਸ ਦੇ ਉੱਤੇ ਜਿਹੜਾ ਹੈ ਆਪਣੇ ਪਲੇਸ ਦੇ ਵਿੱਚ ਲਿਖਿਆ ਹੁਣਾਂ ਨੇ ਆਪਾਂ ਸਮਰੀ ਥੀਮ ਦੇ ਉੱਤੇ ਸੁਕੰਨਿਆਦਨ ਜਿਹੜਾ ਹੈ ਵਿਜੇ ਤੰਦੁਲਕਰ ਦੇ ਦੁਆਰਾ ਲਿਖਿਆ ਹੋਇਆ ਹੈ ਸਮਰੀ ਥੀਮ ਦੇ ਵਿੱਚੋਂ ਕੋਈ ਵੀ ਕੁਐਸਚਨ ਆ ਜੇ ਆਪਾਂ ਨੇ ਐਦਾਂ ਹੀ ਅਟੈਂਪਟ ਕਰਨਾ ਸੋ ਕੰਨਿਆਦਨ ਇਜ਼ ਅ ਫੇਮਸ ਪਲੇ ਰਿਟਨ ਬਾਈ ਵਿਜੇ ਤੰਦੁਲਕਰ ਇਨ 1983 1983 ਦੇ ਵਿੱਚ ਕੰਨਿਆਦਨ ਲਿਖਿਆ ਗਿਆ ਸੀ ਵਿਜੇ ਤੰਦੁਲਕਰ ਦੇ ਦੁਆਰਾ ਇਟ ਇਜ਼ ਅ ਫੈਮਿਲੀ ਡਰਾਮਾ ਫੈਮਿਲੀ ਡਰਾਮਾ ਹੈ ਫੈਮਿਲੀ ਪਲੇ ਹੈ ਇਹ ਇਟ ਰਿਫਲੈਕਸ ਕਨਫਲਿਕਟ ਬੀਟਵੀਨ ਅਪਰ ਕਲਾਸ ਐਂਡ ਦਲਿਤ ਔਰ ਯੂ ਕੈਨ ਸੇ ਲੋਅਰ ਕਲਾਸ ਪੀਪਲ ਤਾਂ ਲੋਅਰ ਕਲਾਸ ਪੀਪਲ ਅਤੇ ਜਿਹੜਾ ਹੈ ਅਪਰ ਕਲਾਸ ਦਾ ਕਨਫਲਿਕਟ ਜਿਹੜਾ ਚੱਲਦਾ ਆ ਰਿਹਾ ਹੈ ਇਸ ਚੀਜ਼ ਨੂੰ ਇਸ ਨੋਵਲ ਦੇ ਵਿੱਚ ਰਿਫਲੈਕਟ ਕੀਤਾ ਗਿਆ ਚਾਨਣਾ ਪਾਇਆ ਗਿਆ ਹੈ ਇਨ ਸਪਾਈਟ ਆਫ 70 ਇਅਰਸ ਆਫ ਇੰਡੀਪੈਂਡੈਂਸ ਦਲਿਤਸ ਕੰਟੀਨਿਊ ਟੂ ਸਫਰ ਮਿਜ਼ਰੀ ਐਂਡ ਇਲ ਟ੍ਰੀਟਮੈਂਟ ਫਰਮ ਦਾ ਅਪਰ ਕਾਸਟ ਔਰ ਯੂ ਕੈਨ ਸੇ ਕਲਾਸ ਪੀਪਲ 70 ਸਾਲ ਦੇ ਕਰੀਬ ਆਜ਼ਾਦੀ ਨੂੰ ਹੋ ਗਈਆਂ ਸਾਡੇ ਸੰਵਿਧਾਨ ਵਿੱਚ ਵੀ ਦਲਿਤਸ ਲਈ ਬਹੁਤ ਕੁਝ ਲਿਖਿਆ ਗਿਆ ਲੇਕਿਨ ਫਿਰ ਵੀ ਦਲਿਤ ਜਿਹੜੇ ਹੈ ਰੈਗੂਲਰਲੀ ਕੰਟੀਨਿਊਸਲੀ ਜਿਹੜੇ ਹੈ ਸਫਰ ਕਰ ਰਹੇ ਨੇ ਦੁੱਖ ਸਹਿਣ ਕਰ ਰਹੇ ਨੇ ਉਹਨਾਂ ਨਾਲ ਬਹੁਤ ਗੰਦਾ ਵਿਵਹਾਰ ਕੀਤਾ ਜਾਂਦਾ ਹੈ ਅਪਰ ਕਲਾਸ ਅਪਰ ਕਾਸਟ ਦੇ ਪੀਪਲ ਦੇ ਦੁਆਰਾ ਸੋ ਪੋਲੀਟੀਸ਼ੀਅਨ ਜਿਹੜੇ ਨੇ ਆਪਣੇ ਰਾਜਨੀਤਿਕ ਲੀਡਰ ਇਨਸਟੈਡ ਆਫ ਟ੍ਰਾਈਿੰਗ ਟੂ ਅਪਰੂਵ ਅਪਰੂਵ ਥਿਸ ਐਵਲ ਸੀਮ ਟੂ ਕੈਪੀਟਲਾਈਜ਼ ਔਨ ਇਟ ਪੋਲੀਟੀਸ਼ੀਨ ਜਿਹੜੇ ਨੇ ਰਾਜਨੀਤਿਕ ਲੀਡਰ ਨੇ ਉਹ ਇਸ ਨੂੰ ਜੜੋਂ ਪੁੱਟਣ ਦੀ بجائے ਇਸ ਬੁਰਾਈ ਨੂੰ ਜੜੋਂ ਖਿੱਚਣ ਦੀ بجائے ਜਿਹੜਾ ਹੈਗਾ ਇਸ ਤੇ ਕੈਪਟਲਾਈਜ਼ੇਸ਼ਨ ਕਰ ਰਹੇ ਨੇ ਇਸ ਦੇ ਉੱਤੇ ਜਿਹੜਾ ਹੈ ਆਪਣੀਆਂ ਰੋਟੀਆਂ ਸੇਕ ਰਹੇ ਨੇ ਸੋ ਵਿਜੇ ਤੰਦੁਲਕਰ ਓਪਨਸ ਹਿਸ ਆਡੀਅנס ਆਇਸ ਟੂ ਦ ਸੋਸ਼ਲ ਪ੍ਰੋਬਲਮ ਤਾਂ ਇਸ ਸੋਸ਼ਲ ਪ੍ਰੋਬਲਮ ਨੂੰ ਲੈ ਕੇ ਵਿਜੇ ਤੰਦੁਲਕਰ ਨੇ ਆਪਣੀ ਆਡੀਅנס ਆਪਣੇ ਦਰਸ਼ਕਾਂ ਦੀਆਂ ਅੱਖਾਂ ਖੋਲਣ ਦੀ ਕੋਸ਼ਿਸ਼ ਕੀਤੀ ਹੈ ਸੋ ਥਿਸ ਪਲੇ ਆਲਸੋ ਰੇਜ਼ਸ ਇਸ਼ੂ of the second bond of marriage between the two persons of two different caste which is one of the upper and second one is the lower caste so ਇੱਕ ਪਵਿੱਤਰ ਵਿਆਹ ਦੀ ਰਸਮ ਨੂੰ ਵੀ ਜਿਹੜਾ ਹੈ ਉਜਾਗਰ ਕੀਤਾ ਗਿਆ ਹੈ ਕਿ ਜਦੋਂ ਦੋ ਵੱਖ-ਵੱਖ ਜਾਤਾਂ ਦੇ ਲੋਕ ਇੱਕ ਉੱਚ ਵਰਗ ਤੋਂ ਇੱਕ ਨੀਵੇਂ ਵਰਗ ਤੋਂ ਜਦੋਂ ਵਿਆਹ ਦੇ ਬੰਧਨ ਦੇ ਵਿੱਚ ਬੰਦੇ ਜਾਂਦੇ ਆਏ ਸੋ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਕਿੱਦਾਂ ਦੀ ਹੁੰਦੀ ਹੈ ਸੋ ਇਸ ਤੇ ਨੋ ਵੀ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਦ ਪਲੇ ਕੰਨਿਆਦਾਨ ਰਿਵੋਲਵਸ ਅਰਾਊਂਡ ਦ ਮੈਰਿਜ ਆਫ ਦ ਜੋਤੀ ਸੋ ਜਿਹੜੀ ਜੋਤੀ ਹੈਗੀ ਆ ਇਹ ਸਟੋਰੀ ਆਪਣੀ ਜਿਹੜੀ ਹੈਗੀ ਆ ਪਲੇ ਦੀ ਕੰਨਿਆਦਾਨ ਇਹ ਆਲੇ ਦੁਆਲੇ ਘੁੰਮਦੀ ਹੈ ਜੋਤੀ ਦੀ ਮੈਰਿਜ ਤੇ ਸੋ ਕਿਉਂਕਿ ਕੰਨਿਆਦਾਨ ਮੀਨਸ ਕੀ ਹੈਗਾ ਵਿਆਹ ਦੀ ਰਸਮ ਦੇ ਨਾਲ ਸੰਬੰਧ ਜਿਹੜੀ ਹੈਗੀ ਆ ਰਸਮ ਕੰਨਿਆਦਾਨ ਜੜ ਕੀ ਬਹੁਤ ਅਹਿਮ ਹੁੰਦੀ ਹੈ ਪਿਤਾ ਦੇ ਵੱਲੋਂ ਕੰਨਿਆਦਾਨ ਕੀਤਾ ਜਾਂਦਾ ਪੇਰੈਂਟਸ ਦੇ ਵੱਲੋਂ ਸੋ ਇਹ ਜਿਹੜਾ ਹੈ ਕੰਨਿਆਦਾਨ ਸਟੋਰੀ ਜਿਹੜੀ ਹੈਗੀ ਆਪਣੀ ਉਹ ਜੋਤੀ ਦੀ ਮੈਲ ਦੇ ਆਲੇ-ਦੁਆਲੇ ਘੁੰਮਦੀ ਹੈ 나ਥ 나ਥ ਜਿਹੜੇ ਹੈਗੇ ਨੇ 나ਥ ਦੇਵ ਲਾਲੀਕਰ ਇਸ ਦਾ ਪ੍ਰੋਟਾਗੋਨਿਸਟ ਆਫ ਦਾ ਪਲੇ ਸੋ ਉਹ ਕਿਨੇ ਹੀਰੋ ਨੇ ਨਾਇਕ ਨੇ 나ਥ ਦੇਵ ਲਾਲੀਕਰ ਲੇਕਿਨ ਅਗਰ ਆਪਾਂ ਦੇਖੀਏ ਤਾਂ ਜੋਤੀ ਜਿਹੜੀ ਹੈਗੀ ਹੈ ਰੀਅਲ ਪ੍ਰੋਟਾਗੋਨਿਸਟ ਹੈਗੀ ਹੈ ਕਿਉਂਕਿ ਸਾਰੀ ਸਟੋਰੀ ਉਹਦੇ ਦੁਆਲੇ ਘੁੰਮਦੀ ਹੈ ਲੇਕਿਨ ਇਸ ਪਲੇ ਦੇ ਵਿੱਚ ਜਿਹੜਾ ਹੈ ਨਾਥ ਨੂੰ ਜਿਹੜਾ ਹੈ ਪ੍ਰੋਟਾਗੋਨਿਸਟ ਮੰਨਿਆ ਗਿਆ ਹੈ ਹੀ ਇਜ਼ ਅ ਟ्रू سپورਟਰ ਆਫ ਗਾਂਦੀਅਨ ਫਿਲਾਸਫੀ ਗਾਂਦੀਅਨ ਫਿਲਾਸਫੀ ਜਿਹੜੀ ਸੀ ਗਾਂਧੀ ਦੇ ਆਦਰਸ਼ ਦੇ ਉੱਤੇ ਉਹ ਚੱਲਦੇ ਸੀ ਹੀ ਇਜ਼ ਐਨ ਆਈਡਿਅਲਿਸਟਿਕ ਮੈਨ ਇੱਕ ਆਦਰਸ਼ਵਾਦੀ ਇਨਸਾਨ ਸੀ ਇਨਸਾਨ ਨੇ ਹੀ ਇਜ਼ ਐਨ ਐਮਐਲਏ ਉਹ ਇੱਕ ਐਮਐਲਏ ਨੇ ਹੀ ਵਾਂਟਸ ਟੂ ਅਪਰੂਵ ਸੋਸ਼ਲ ਇਵਿਲਸ ਫ্রম ਦਾ ਇੰਡੀਅਨ ਸੋਸਾਇਟੀ ਉਹ ਚਾਹੁੰਦੇ ਨੇ ਕਿ ਸਮਾਜ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਬੁਰਾਈਆਂ ਨੇ ਉਹ ਜੜੋਂ ਪਟੀਆਂ ਜਾਣ so his wife seva is also an active social worker naam to hi jada hai seva unadi wife da naam hai ek active social worker ne oh vi oh vi samaj da bhala chahunde ne he has two children jyoti jedi ki 20 years di si hai gi hai and jay prakash msc student ta jay prakash jada hai oh msc student hai te jyoti jedi hai gi 20 years di si, intelligent girl hai to unade do bacche hai uh, nath ate seva de ਸੋ ਜੋਤੀ ਜਿਹੜੀ ਹੈਗੀ ਐ ਇਹ ਆਪਣਾ ਸੀਨ ਜਿਹੜਾ ਹੈ ਇੱਕ ਓਪਨ ਹੁੰਦਾ ਹੈ ਫਰਸਟ ਸੀਨ ਹੈ ਜੋਤੀ ਵਾਂਟਸ ਟੂ ਮੈਰੀ ਆ ਯੰਗ ਦਲਿਤ ਬாய் ਜੋਤੀ ਜਿਹੜੀ ਹੈਗੀ ਐ ਇੱਕ ਯੰਗ ਦਲਿਤ ਬாய் ਦੇ ਨਾਲ ਨੌਜਵਾਨ ਦਲਿਤ ਲੜਕਾ ਹੈ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ ਉਸ ਦਾ ਨਾਮ ਕੀ ਹੈ ਅਰुण ਅਧਾਵਲੇ ਸੋ ਅਰुण ਅਧਾਵਲੇ ਦੇ ਨਾਲ ਉਹ ਵਿਆਹ ਕਰਨਾ ਚਾਹੁੰਦੀ ਹੈ ਹੀ ਇਜ਼ ਅ ਪੋਇਟ ਹੁਣ ਅਰुण ਕੀ ਕੰਮ ਕਰਦਾ ਹੈ ਇੱਕ ਪੋਇਟ ਹੈ ਰਾਈਟਰ ਹੈ ਲੇਖਕ ਹੈ ਐਂਡ ਹੈਜ਼ ਐਨ ਅਟਰੈਕਟਿਵ ਪਰਸਨੈਲਿਟੀ ਇੱਕ ਬਹੁਤ ਹੀ ਆਕਰਸ਼ਕ ਪਰਸਨੈਲਿਟੀ ਵਾਲਾ ਇਨਸਾਨ ਹੈ ਹੀ ਇਜ਼ ਰੂਡ ਉਹ ਥੋੜਾ ਸਖਤ ਹੈ ਸਟਰਬਨ ਹੈ ਡਿਊ ਟੂ ਹਿਸ ਪਾਵਰਟੀ ਐਂਡ ਕਲਾਸ ਔਰ ਯੂ ਕੈਨ ਸੇ ਕਾਸਟ ਤਾਂ ਆਪਣੀ ਕਲਾਸ ਆਪਣੇ ਨਿਮਨ ਵਰਗ ਦੇ ਹੋਣ ਦੇ ਕਰਕੇ ਉਹ ਥੋੜਾ ਜਿਹਾ ਸਟਰਬਨ ਹੈ ਬਹੁਤ ਰੂਡ ਹੈਗਾ ਚੱਜ ਨਾਲ ਗੱਲ ਨਹੀਂ ਕਰਦਾ ਸੋ ਜੋਤੀ ਲਾਈਕਸ ਹਿਮ ਜੋਤੀ ਉਸ ਨੂੰ ਪਸੰਦ ਕਰਦੀ ਹੈ ਐਂਡ ਸ਼ੀ ਇਜ਼ ਇਨਫਲੂਐਂਸਡ ਬਾਈ ਹਰ ਫਾਦਰਸ ਆਈਡਿਓਲੋਜੀ ਹੁਣ ਦੇਖੋ ਆਪਣੇ ਫਾਦਰ ਦੀ ਆਈਡਿਓਲੋਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਕਿਉਂਕਿ ਉਹਦੇ ਪਾਪਾ ਕਹਿੰਦੇ ਨੇ ਕਿ ਸੋਸ਼ਲ ਡਿਸਕ੍ਰਿਮੀਨੇਸ਼ਨ ਨਹੀਂ ਹੋਣਾ ਚਾਹੀਦਾ ਠੀਕ ਹੈ ਸੋ ਆਪਣੇ ਪਾਪਾ ਦੀ ਆਈਡਿਓਲੋਜੀ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ ਉਹਦੇ ਖੂਨ ਚ ਹੁੰਦੀ ਹੈ ਇਹ ਚੀਜ਼ ਤਾਂ ਉਹ ਸਮਾਜਿਕ ਵਿਤਕਰਾ ਖਤਮ ਕਰਨ ਲਈ ਜਿਹੜਾ ਹੈ ਉਸ ਤੋਂ ਪ੍ਰਭਾਵਿਤ ਹੋ ਜਾਂਦੀ ਹੈ ਤੇ ਉਸ ਨਾਲ ਵਿਆਹ ਕਰਵਾਉਣੀ ਜਿਹੜੀ ਹੈ ਫਰਸਟ ਸੀਨ ਜਿਹੜਾ ਹੈ ਇੱਥੋਂ ਹੀ ਸਟਾਰਟ ਹੁੰਦਾ ਹੈ ਤੇ ਉਹ ਵਿਆਹ ਕਰਵਾਉਣਾ ਚਾਹੁੰਦੀ ਹੈ ਅਰੁੰ ਦੇ ਨਾਲ ਅਤੇ ਆਪਣੇ ਪੇਰੈਂਟਸ ਦੇ ਨਾਲ ਉਸਦੇ ਬਾਰੇ ਗੱਲ ਕਰ ਰਹੀ ਹੁੰਦੀ ਹੈ ਜਦ ਕੀ ਹਲੇ ਇਸ ਰਿਲੇਸ਼ਨਸ਼ਿਪ ਦੇ ਵਿੱਚ ਆਏ ਉਸ ਨੂੰ ਸਿਰਫ 2 ਕੁ ਮਹੀਨੇ ਉਸ ਨੂੰ ਜਾਣੇ ਔਰ ਉਹਨੂੰ ਸਿਰਫ 2 ਕੁ ਮਹੀਨੇ ਹੀ ਹੋਏ ਹੁੰਦੇ ਨੇ ਸੋ ਹਰ ਬ੍ਰਦਰ ਹੁਣ ਉਸ ਦਾ ਬ੍ਰਦਰ ਹੁੰਦਾ ਹੈਗਾ ਜੈ ਪ੍ਰਕਾਸ਼ ਐਮ ਐਸ ਸੀ ਸਟੂਡੈਂਟ ਹੈ ਜੋ ਐਂਡ ਹਰ ਮਦਰ ਸੇਵਾ ਡੂ ਨੋਟ ਅਪਰੂਵ ਅਰਣ ਹੁਣ ਦੇਖੋ ਅਰਣ ਦੀ ਜਦੋਂ ਉਹ ਪੇਸ਼ਕਸ਼ ਰੱਖਦੀ ਹੈ ਕਿ ਮੈਂ ਇਹਨਾ ਵਿਆਹ ਕਰਾਣਾ ਚਾਹੁੰਦੀ ਹਾਂ 28 ਸ ਦੀ ਹੈ ਜੋਤੀ ਤਾਂ ਜਿਹੜਾ ਜੈ ਪ੍ਰਕਾਸ਼ ਦਾ ਬ੍ਰਦਰ ਹੁੰਦਾ ਹੈ ਤੇ ਉਹਦੀ ਮੰਮਾ ਹੁੰਦੀ ਹੈ ਇਸ ਨੂੰ ਡਿਸ ਅਪਰੂਵ ਕਰ ਦਿੰਦੇ ਨੇ ਉਸ ਨੂੰ ਅਪਰੂਵ ਨਹੀਂ ਕਰਦੇ ਸਵੀਕਾਰ ਦੇ ਨਹੀਂ ਔਰ ਉਹਨੂੰ ਸ਼ੀ ਵਾਂਟਸ ਜੋਤੀ ਉਹ ਜੋਤੀ ਨੂੰ ਵਾਰਨ ਕਰਦੀ ਹੈ ਫੋਰ ਹਰ ਇਮੀਡੀਏਟ ਡਿਸੀਜਨ ਕਿ ਤੂੰ ਇੱਕਦਮ ਜਲਦਬਾਜ਼ੀ ਚ ਫੈਸਲਾ ਨਾ ਲੈ ਸ਼ੀ ਆਲਸੋ ਫਾਈਂਡਸ ਵਨ ਐਕਸਪਲੇਨੇਸ਼ਨ ਆਫਟਰ ਅਨਦਰ ਟੂ ਪੁੱਟ ਆਫ ਦਾ ਮੈਰਿਜ ਹੁਣ ਮੈਰਿਜ ਨੂੰ ਸੈਟ ਆਫ ਕਰਨ ਲਈ ਪੁੱਟ ਆਫ ਕਰਨ ਲਈ ਉਹ ਕੀ ਕਰਦੀ ਹੈਗੀ ਇੱਕ ਦੇ ਬਾਅਦ ਇੱਕ ਐਕਸਪਲੇਨੇਸ਼ਨ ਉਸ ਨੂੰ ਦਿੰਦੀ ਹੈ ਕਿ ਨਹੀਂ ਐਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਬਟ ਨਾਥ ਜਿਹੜਾ ਕਿ ਉਸਦਾ ਜੋਤੀ ਦਾ ਪਾਪਾ ਹੈ ਨਾਥ ਇਜ਼ ਵੈਰੀ ਹੈਪੀ ਉਹ ਬਹੁਤ ਖੁਸ਼ ਹੋ ਜਾਂਦਾ ਹੈ ਸਪੀਕ ਅਤੇ ਬੋਲਦਾ ਹੈ but if my daughter strong willed to marry into high caste it would have not pleased me much since he well thought out the boy's background and line of work beside the point hun dekho kenda ve main inna kuch ni si hona ਕਿ ਜੇ ਮੇਰੀ ਬੇਟੀ ਜਿਹੜੀ ਹੈਗੀ ਆ ਹਾਈ ਕਲਾਸ ਹਾਈ ਕਾਸਟ ਦੇ ਲੜਕੇ ਨੂੰ ਚੁਣਦੀ ਲੇਕਿਨ ਮੈਨੂੰ ਬੜੀ ਖੁਸ਼ੀ ਹੈਗੀ ਹੈ ਕਿ ਉਸਨੇ ਜਿਹੜਾ ਹੈ ਬੈਕਗਰਾਉਂਡ ਵਗੈਰਾ ਨਹੀਂ ਦੇਖਿਆ ਅਤੇ ਸਿਰਫ ਪੁਆਇੰਟ ਦੇਖਿਆ ਹੈ ਕਿ ਕੀ ਚੀਜ਼ ਹੋਣੀ ਚਾਹੀਦੀ ਹੈ ਕਿਹਾ ਮੈਨੂੰ ਬੜੀ ਖੁਸ਼ੀ ਹੈ ਸੋ ਇੱਕ ਤਰ੍ਹਾਂ ਉਹ ਆਪਣਾ ਇੱਕ ਪੋਲੀਟੀਕਲ ਸਟੰਟ ਜਿਹੜਾ ਹੈ ਉਹ ਖੇਡ ਰਿਹਾ ਹੁੰਦਾ ਸੋ ਹੀ ਕਾਲਸ ਅਰੁਣ ਆ ਟ्रू ਹਿਊਮਨ ਬੀਇੰਗ ਇੰਟੈਲੀਜੈਂਟ ਐਂਡ ਕ੍ਰੀਏਟਿਵ ਮੈਨ ਹੁਣ ਅਰੁਣ ਨੂੰ ਉਹ ਇੱਕ ਜਿਹੜਾ ਹੈ ਇੱਕ ਸੱਚਾ ਹਿਊਮਨ ਬੀਿੰਗ ਇਨਸਾਨ ਜਿਹੜਾ ਹੈ ਕਹਿੰਦਾ ਇੱਕ ਇੰਟੈਲੀਜੈਂਟ ਇਨਸਾਨ ਕਹਿੰਦਾ ਹੈ ਅਤੇ ਇੱਕ ਕ੍ਰੀਏਟਿਵ ਮੈਨ ਵੀ ਕਹਿੰਦਾ ਹੈ ਕਿ ਬਹੁਤ ਹੀ ਜ਼ਿਆਦਾ ਕ੍ਰੀਏਟਿਵ ਹੈ ਬਹੁਤ ਇੰਟੈਲੀਜੈਂਟ ਹੈ ਹੀ ਕਮੈਂਡਸ ਹੀ ਕਨਸੈਂਟਸ ਤਾਂ ਉਹ ਕੀ ਕਰਦਾ ਹੈ ਕਨਸੈਂਟ ਕਨਸੈਂਟ ਮਤਲਬ ਯੈਸ ਕਰ ਦਿੰਦਾ ਹੈ ਜੋਤੀ ਟੂ ਗੈਟ ਮੈਰਿਡ ਵਿਦ ਅਰੁਣ ਹோம் ਸ਼ੀ ਨਿਊ ਫਾਰ ਦ ਲਾਸਟ 2 ਮੰਥਸ ਹੁਣ ਦੇਖੋ 2 ਮਹੀਨਿਆਂ ਤੋਂ ਉਸ ਨੂੰ ਜਾਣਰੀ ਹੁੰਦੀ ਹੈ ਸਮਝ ਰਹੀ ਹੁੰਦੀ ਹੈ ਤਾਂ ਕਹਿੰਦਾ ਉਸ ਨੂੰ ਜੋਤੀ ਲਈ ਕਨਸੈਂਟ ਦੇ ਦਿੰਦਾ ਹੈ ਕਿ ਹਾਂ ਤੂੰ ਵਿਆਹ ਕਰਾ ਲੈ ਅਰੁਣ ਦੇ ਨਾਲ ਸਿੱ ਨੂੰ ਉਸ ਨੂੰ ਸਿਰਫ ਉਹ 2 ਮਹੀਨੇ ਤੋਂ ਹੀ ਜਾਣਦੀ ਹੁੰਦੀ ਹੈ ਜਦਕਿ ਉਹਦਾ ਪਾਪਾ ਇੱਕਦਮ ਯੈਸ ਕਰ ਦਿੰਦਾ ਹੈ ਲੇਕਿਨ ਜੋਤੀ ਨੂੰ ਇਸ ਚੀਜ਼ ਦੀ ਬਿਲਕੁਲ ਵੀ ਜਿਹੜੀ ਸੀਗੀ ਇਹ ਚੀਜ਼ ਨਹੀਂ ਸੀਗਾ ਕਿ ਹਾਂ ਉਹਦੇ ਪਾਪਾ ਇੱਕਦਮ ਮੰਨ ਜਾਣਗੇ ਉਹ ਵੀ ਇੱਕਦਮ ਸ਼ੌਕ ਹੋ ਜਾਂਦੀ ਹੈ ਬਿਲਕੁਲ ਵੀ ਉਸ ਨੂੰ ਇਹ ਚੀਜ਼ ਦਾ ਨਹੀਂ ਹੁੰਦਾ ਕਿ ਹਾਂ ਉਹਦੇ ਪਾਪਾ ਇੱਕਦਮ ਮੰਨਣਗੇ ਲੇਕਿਨ ਜਿਹੜਾ ਹੈ ਇੱਕਦਮ ਜਦੋਂ ਉਹਦੇ ਪਾਪਾ ਮੰਨ ਜਾਂਦੇ ਉਹ ਵੀ ਹੈਰਾਨ ਹੋ ਜਾਂਦੀ ਹੈ ਇਨਫੈਕਟ ਨਾਥ ਵਾਂਟਸ ਟੂ ਐਕਸਪੈਰੀਮੈਂਟ ਵਿਦ ਥਿਸ ਮੈਰਿਜ ਵਿਚ ਇਜ਼ ਅ ਸੋਰਟ ਔਰ ਕਾਈਂਡ ਆਫ ਪੋਲਿਟੀਕਲ ਐਕਟ ਲੇਕਿਨ ਜਿਹੜਾ ਹੈ ਨਾ ਅਸਲ ਵਿੱਚ ਇੱਕ ਐਕਸਪੈਰੀਮੈਂਟ ਪ੍ਰਯੋਗ ਕਰ ਰਿਹਾ ਹੁੰਦਾ ਇਸ ਮੈਰਿਜ ਨੂੰ ਲੈ ਕੇ ਜਿਹੜੀ ਕਿ ਇੱਕ ਪੋਲਿਟੀਕਲ ਸਟੰਟ ਯੂ ਆਰ ਯੂ ਕੈਨ ਸੇ ਐਕਟ ਹੁੰਦਾ ਠੀਕ ਹੈ ਇੱਕ ਪੋਲਿਟੀਕਲ ਸਟੰਟ ਖੇਡ ਰਿਹਾ ਹੁੰਦਾ ਦੇਖੋ ਬਾਪ ਆਪਣੀ ਲੜਕੀ ਦੇ ਵਿਆਹ ਨੂੰ ਲੈ ਕੇ ਤਾਂ ਕਿ ਉਹਦਾ ਸੁਸਾਇਟੀ ਵਿੱਚ ਜਿਹੜੀ ਹੈਗੀ ਆ ਉਹ ਥੋੜਾ ਜਿਹਾ ਉਹਦੀ ਅਪਲਿਫਟਮੈਂਟ ਹੋ ਜੇ ਸੋ ਜੋਤੀ ਬ੍ਰਿੰਗਸ ਅਰੁਣ ਹੂ ਇਜ਼ ਡਾਰਕ ਦਲਿਤ ਯੂਥ ਐਟ ਹੋਮ ਹੁਣ ਜੋਤੀ ਕੀ ਕਰਦੀ ਹੈ ਉਸ ਨੂੰ ਸੈਕਿੰਡ ਸੀਨ ਚ ਕਰੇ ਲੈ ਕੇ ਆਂਦੀ ਆਂ I don't know ਤਾਂ ਜਦੋਂ ਅਰुण ਘਰੇ ਆਂਦਾ ਹੈ ਤਾਂ ਉਹ ਸਾਵਲਾ ਕਾਲੇ ਰੰਗ ਦਾ ਦਲਿਤ ਯੂਥ ਹੁੰਦਾ ਹੈ ਅਰुण ਫੀਲਸ ਅਨਕੰਫਰਟੇਬਲ ਅਰुण ਨੂੰ ਅਨਕੰਫਰਟੇਬਲ ਲੱਗਦਾ ਹੈ ਉਹ ਅੱਛਾ ਫੀਲ ਨਹੀਂ ਕਰਦਾ ਹੈਗਾ ਇਨ ਬਿਗ ਹਾਊਸਿਸ ਵੱਡੇ ਘਰਾਂ ਚ ਬਿਕੋਜ਼ ਉਹ ਝੌਂਪੜੀਆਂ ਚ ਰਹਿਣ ਵਾਲਾ ਇਨਸਾਨ ਹੈ ਸੋ ਹੀ ਗੈਟਸ ਨਰਵਸ ਉਹ ਨਰਵਸ ਹੋ ਜਾਂਦਾ ਐਂਡ ਫਾਈਨਲੀ ਲੀਵਸ ਹੋਮ ਅਤੇ ਫੇਰ ਜੋਤੀ ਦੇ ਘਰ ਤੋਂ ਇੱਕਦਮ ਬਾਹਰ ਆ ਜਾਂਦਾ ਨਰਵਸ ਹੋ ਕੇ ਔਨ ਦਾ ਕੰਟਰੀ ਫਿਰ ਕੀ ਹੁੰਦਾ ਹੈਗਾ देयर ਮੈਰਿਡ ਲਾਈਫ ਇਜ਼ ਨਾਟ ਹੈਪੀ ਉਹਨਾਂ ਦੀ ਮੈਰਿਜ ਹੋ ਜਾਂਦੀ ਹੈ ਠੀਕ ਹੈ ਸੋ ਮਤਲਬ ਕੁਝ ਕੰਟਰੋਵਰਸੀਆਂ ਦੇ ਨਾਲ ਜਿਹੜਾ ਹੈਗਾ ਕਿਉਂਕਿ ਉਹਦਾ ਪਾਪਾ ਤਾਂ ਖੁਸ਼ ਹੁੰਦਾ ਲੇਕਿਨ ਪੇਰ ਮੰਮਾ ਨਹੀਂ ਮੰਨ ਰਹੀ ਹੁੰਦੀ ਬ੍ਰਦਰ ਨਹੀਂ ਮੰਨ ਰਹਾ ਹੁੰਦਾ ਲੇਕਿਨ ਜਦੋਂ ਮੈਰਿਜ ਉਹਦੀ ਹੋ ਜਾਂਦੀ ਹੈ ਸੀਨ ਦੇ ਵਿੱਚ ਸੋ ਜੋ ਇਹ ਚੀਜ਼ ਆਂਦੀ ਹੈ ਸੋ देयर ਮੈਰਿਡ ਲਾਈਫ ਇਜ਼ ਨਾਟ ਹੈਪੀ ਤਾਂ ਉਹਨਾਂ ਦੀ ਮੈਰਿਡ ਲਾਈਫ ਹੈਪੀ ਨਹੀਂ ਹੁੰਦੀ ਅਰੁਣ ਅਬਿਊਜ਼ਸ ਅਰੁਣ ਕੀ ਕਰਦਾ ਉਸ ਨੂੰ ਗਾਲਾਂ ਕੱਢਦਾ ਐਂਡ ਬੀਡਸ ਜੋ ਹੁੰਦੀ ਹੈ ਤੇ ਜੋਤੀ ਨੂੰ ਮਾਰਦਾ ਘੁਟਦਾ ਹੀ ਸ਼ੋਜ਼ ਹਰ ਫਾਲਸਲਾ ਬਸ ਉਸ ਨੂੰ ਛੁੱਟਾ ਪਿਆਰ ਦਿਖਾਉਂਦਾ ਹੈ ਵਨ ਡੇ ਇੱਕ ਦਿਨ ਸੇਵਾ ਟੈਲਸ ਨਾਥ ਸੇਵਾ ਨਾਥ ਨੂੰ ਦੱਸਦੀ ਹੈ ਉਹਦੀ ਮੰਮਾ ਜਿਹੜੀ ਜੋਤੀ ਦੀ ਮੰਮਾ ਹੁੰਦੀ ਹੈ ਸੇਵਾ ਉਸਦੇ ਫਾਦਰ ਨਾਥ ਨੂੰ ਦੱਸਦੀ ਹੈ ਥੈਟ देयर ਡਾਟਰ ਇਜ਼ ਨੋਟ ਹੈਪੀ ਐਜ਼ ਹਰ ਪਰਸ ਵਾਸ ਐਮਪਟੀ ਉਸ ਨੂੰ ਕਹਿੰਦੀ ਹੈ ਕਿ ਜਿਹੜੀ ਉਹਦੀ ਬੇਟੀ ਹੈ ਖੁਸ਼ ਨਹੀਂ ਹੈ ਕਿਉਂਕਿ ਉਹਦਾ ਪਰਸ ਬਿਲਕੁਲ ਖਾਲੀ ਸੀ ਜਦੋਂ ਉਹ ਆਈ ਸੀ ਸ਼ੀ ਆਫਰਸ ਜੋਤੀ ਟੂ ਸਟੇ ਵਿਦ ਅਰੋਨ ਐਟ देयर ਹੋਮ ਨਾਥ ਸੇਵਾ ਹੁੰਦੀ ਹੁਣ ਜਿਹੜੀ ਸੇਵਾ ਹੁੰਦੀ ਹੈ ਆਪਣੀ ਬੇਟੀ ਨੂੰ ਆਫਰ ਕਰਦੀ ਹੈ ਕਿ ਤੂੰ ਅਰुण ਦੇ ਨਾਲ ਅਰुण ਨੂੰ ਲੈ ਕੇ ਇੱਥੇ ਰਹਿ ਲੈ ਸੋ ਅچھے ਤਰੀਕੇ ਨਾਲ ਤੁਸੀਂ ਰਹੋਗੇ ਬਟ ਜੋਤੀ ਰਿਫਿਊਜ਼ਸ ਲੇਕਿਨ ਜੋਤੀ ਕੀ ਕਰ ਦਿੰਦੀ ਹੈ ਰਿਫਿਊਜ਼ ਯਾਨੀ ਕਿ ਮਨ੍ਹਾ ਕਰ ਦਿੰਦੀ ਹੈ ਬਿਕਾਜ਼ ਸ਼ੀ ਨੋਜ਼ ਲੇਕਿਨ ਉਹ ਜਾਣਦੀ ਹੁੰਦੀ ਹੈ ਥੈਟ ਅਰुण ਵਿਲ ਮੇਕ देयर ਲਾਈਫ ਹੈਲ ਕਿ ਜਿਵੇਂ ਉਸਨੇ ਮੇਰੀ ਲਾਈਫ ਨੂੰ ਹੈਲ ਨਰਕ ਬਣਾਤਾ ਅਰुण ਜਿਹੜਾ ਹੈ ਉਹਨਾਂ ਦੀ ਲਾਈਫ ਨੂੰ ਵੀ ਉਹਦੇ ਮੰਮੀ ਪਾਪਾ ਨੂੰ ਨਾਤੇ ਤੇ ਸੇਵਾ ਦੀ ਲਾਈਫ ਨੂੰ ਵੀ ਜਿਹੜੇ ਹੈਗਾ ਜੀਵਨ ਨੂੰ ਵੀ ਨਰਕ ਬਣਾ ਦੇਗਾ ਤੋ ਜੋਤੀ ਡਸ ਨੋਟ ਵਾਂਟ ਥੈਟ ਹਰ ਪੇਰੈਂਟਸ ਸ਼ੁੱਡ ਸਫਰ ਫਰੋਮ ਮੈਂਟਲ ਟੈਂਸ਼ਨਸ ਉਹ ਨਹੀਂ ਚਾਹੁੰਦੀ ਉਹਦੇ ਪਾਪਾ ਮਮਾ ਜਿਹੜੇ ਨੇ ਮੈਂਟਲ ਮਾਨਸਿਕ ਤੌਰ ਤੇ ਕਿਸੇ ਟੈਂਸ਼ਨ ਦਾ ਸ਼ਿਕਾਰ ਹੋਣ ਤਣਾਵ ਦਾ ਸ਼ਿਕਾਰ ਹੋਣ ਸ਼ੀ ਰਿਫਿਊਜ਼ਸ ਟੂ ਸਟੇ ਵਿਦ ਥੈਮ ਉਹ ਮਨਾ ਕਰ ਦਿੰਦੀ ਆ ਉਹਨਾਂ ਦੇ ਨਾਲ ਰਹਿਣ ਤੋਂ ਐਂਡ ਲੀਵਸ ਦਾ ਹਾਊਸ ਵਿਦ ਅਰੁਣ ਅਤੇ ਅਰੁਣ ਦੇ ਨਾਲ ਘਰੋਂ ਬਾਹਰ ਨਿਕਲ ਜਾਂਦੀ ਹੈ ਘਰ ਛੱਡ ਕੇ ਉਹਨਾਂ ਦਾ ਆ ਜਾਂਦੀ ਹੈ ਨਾਥ ਡਸ ਨੋਟ ਅੰਡਰਸਟੈਂਡ ਹਰ ਪਲਾਨ ਲੇਖੋ ਉਹਦੇ ਪਾਪਾ ਉਸ ਦੀ ਜਿਹੜੀ ਹੈ ਪਲਾਈ ਨੂੰ ਉਹਨੂੰ ਸਮਝਦੇ ਨਹੀਂ ਜਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਹੀ ਡਿਜ਼ਾਇਰਸ ਉਹ ਇੱਛਾ ਕਰਦਾ ਹੈ that his daughter would show the gray happy married life ਕਿ ਵਧੀਆ ਹੈ ਕਿ ਉਹਦੀ ਜਿਹੜੀ ਇੱਕ ਬੇਟੀ ਹੈਗੀ ਹੈ ਆਪਣੀ ਲਾਈਫ ਦੇ ਵਿੱਚ ਸਾਨੂੰ ਦਿਖਾਉਂਦੀ ਹੈ ਕਿ ਖੁਸ਼ ਹੈ ਲੇਕਿਨ ਉਹ ਜਾਣਦਾ ਹੁੰਦਾ ਕਿ ਤੈਨਾਂ ਕਿਤੇ ਕਿ ਕਿਤੇ ਨਾ ਕਿਤੇ ਜਿਹੜੀ ਇਹ ਗੜਬੜ ਜ਼ਰੂਰ ਹੈ ਅਰਉਂਡ ਰਾਈਟਸ ਹਿਸ ਆਟੋਬਾਇਓਗ੍ਰਾਫੀ ਐਂਡ ਗੈਟਸ ਇਟ ਪਬਲਿਸ਼ਡ ਅਰੁਣ ਜਿਹੜਾ ਹੈ ਆਪਣੀ ਆਟੋਬਾਇਓਗ੍ਰਾਫੀ ਲਿਖਦਾ ਹੈ ਤਾ ਉਸ ਨੂੰ ਪਬਲਿਸ਼ ਵੀ ਕਰਵਾਉਂਦਾ ਸੋ ਲਾਂਚਿੰਗ ਦੇ ਟਾਈਮ ਜਿਹੜਾ ਹੈ ਉਹ ਨਾਥ ਨੂੰ ਵੀ ਬੁਲਾਉਂਦਾ ਸੋ ਹੀ ਇਜ਼ ਡੀਲਿੰਗ ਵਿਦ ਅ ਥੀਮ ਆਫ ਅਪ੍ਰੈਸ਼ਨ ਉਹਦਾ ਥੀਮ ਕੀ ਹੁੰਦਾ ਬੁੱਕ ਦਾ ਅਪ੍ਰੈਸ਼ਨ ਠੀਕ ਹੈ ਕਿ ਕਿਦਾਂ ਜਿਹੜਾ ਹੈ ਸ਼ੋਸ਼ਣ ਕਰਦੇ ਨੇ ਜਿਹੜੇ ਅਪਰ ਕਲਾਸ ਪੀਪਲ ਨੇ ਲੋਅਰ ਕਲਾਸ ਪੀਪਲ ਦਾ ਐਂਡ ਮਿਜ਼ਰੇਬਲ ਕੰਡੀਸ਼ਨ ਆਫ ਪੋਰ ਅਤੇ ਮਿਜ਼ਰੇਬਲ ਕੰਡੀਸ਼ਨ ਤਰਸਯੋਗ ਹਾਲਾਤ ਵੀ ਦਿਖਾਂਦਾ ਹੈਗਾ ਇਸ ਬੁੱਕ ਦੇ ਵਿੱਚ ਕੋਰਦੀ ਕਿ ਕਿਦਾਂ ਉਹ ਲੋਅਰ ਕਲਾਸ ਪੀਪਲ ਨੇ ਜਿਹੜੇ ਦੁੱਖ ਸਹਨ ਕਰਦੇ ਨੇ ਗਰੀਬੀ ਸਹਨ ਕਰਦੇ ਨੇ ਅਤੇ ਆਪਰੇਸ਼ਨ ਸਹਨ ਕਰਦੇ ਨੇ ਕਿਦਾਂ ਉਹ ਸ਼ੋਸ਼ਿਤ ਹੁੰਦੇ ਨੇ ਬਟ ਦਾ ਆਇਰਨੀ ਇਸ ਥੈਟ ਲੇਕਿਨ ਦੇਖੋ ਹੈਰਾਨ ਵਾਲੀ ਗੱਲ ਕੀ ਆਇਰਨੀ ਕੀ ਹੈਗੀ ਹੈ ਕਿ ਅਰुण ਹਿਮਸੈਲਫ ਐਕਸਪਲੋਇਟਸ ਜੋਤੀਸ ਲਾਈਫ ਅਰुण ਉਹ ਖੁਦ ਜਿਹੜਾ ਹੈ ਜੋਤੀ ਦੀ ਲਾਈਫ ਨੂੰ ਐਕਸਪਲੋਇਟ ਕਰਦਾ ਹੈ ਸ਼ੋਸ਼ਿਤ ਕਰਦਾ ਹੈ ਐਂਡ ਮੇਕਸ ਹਰ ਵਰਕ ਐਟ ਹੋਮ ਅਤੇ ਉਸ ਨੂੰ ਘਰ ਦਾ ਕੰਮ ਕਰਾਉਂਦਾ ਸਾਰਾ ਦੋ ਜੋਤੀਸ ਪ੍ਰੈਗਨੈਂਟ ਜਦਕੀ ਜੋਤੀ ਪ੍ਰੈਗਨੈਂਟ ਹੁੰਦੀ ਹੈ ਤਾਂ ਵੀ ਉਸ ਨੂੰ ਇੰਨਾ ਮਾਰਦਾ ਕੁੱਟਦਾ ਹੈ ਉਸ ਦੀ ਪੇਟ ਦੇ ਉੱਤੇ ਲੱਤ ਵੀ ਮਾਰਦਾ ਹੈਗਾ ਜਿਸ ਕਰਕੇ ਜੋਤੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ ਜਦਕਿ ਉਹ ਪ੍ਰੈਗਨੈਂਟ ਹੁੰਦੀ ਹੈ ਤੇ ਪੇਟ ਦੇ ਉੱਤੇ ਜਿਹੜਾ ਹੈ ਅਰुण ਲੱਤ ਮਾਰ ਕੇ ਵੀ ਆਉਂਦਾ ਹੈ his ill treatment to jyoti is a kind of answer back to the dalits to the upper class ਹਨ ਦੇਖੋ ਇੱਕ ਤਰ੍ਹਾਂ ਕਹਿੰਦਾ ਵੀ ਮੇਰਾ ਇਲ ਟ੍ਰੀਟਮੈਂਟ ਜਿਹੜਾ ਹੈ ਮੇਰਾ ਇਹ ਦੁਰਵਿਵਹਾਰ ਜੋਤੀ ਦੇ ਨਾਲ ਕਿਦਾਂ ਦਾ ਉਹ ਸੋ ਇਹ ਚੀਜ਼ ਕਰ ਰਿਹਾ ਸੀ ਉਹ ਕਿ ਇੱਕ ਦਲਿਤ ਦਾ ਆਨਸਰ ਹੈ ਅਪਰ ਕਲਾਸ ਪੀਪਲ ਨੂੰ ਕਿ ਦੇਖੋ ਮੈਂ ਤੁਹਾਡੀ ਲੜਕੀ ਦੇ ਨਾਲ ਕੀ ਕਰ ਰਿਹਾ ਸੋ ਇੱਕ ਤਰ੍ਹਾਂ ਇਹ ਆਨਸਰ ਸੀਗਾ ਅਰੁਣ ਆਸਕ ਆਸਕ ਨਾਥ ਟੂ ਡਿਲੀਵਰ ਸਪੀਚ ਔਨ ਹਿਸ ਆਟੋਬਾਇਓਗ੍ਰਾਫੀ ਹੁਣ ਉਹ ਜਦੋਂ ਸਟੇਜ ਤੇ ਹੁੰਦੇ ਤਾਂ ਉਹ ਉਹਨੂੰ ਕਹਿੰਦਾ ਕਿ ਮੇਰੀ ਆਟੋ ਬਾਇਓਗ੍ਰਾਫੀ ਦੇ ਬਾਰੇ ਬੋਲ ਆਪਣੇ 나ਥ ਯਾਨੀ ਕਿ ਸੋਰੇ ਨੂੰ ਬੋਲਦਾ ਬਟ ਹੀ ਰਿਫਿਊਜ਼ਸ ਟੂ ਡੂ ਸੋ ਲੇਕਿਨ 나ਥ ਇਸ ਚੀਜ਼ 'ਤੇ ਨਹੀਂ ਜਵਾਬ ਦੇ ਦਿੰਦਾ ਲੇਕਿਨ ਬਾਅਦ ਵਿੱਚ ਜਦੋਂ ਸੇਵਾ ਉਹਦੀ ਵਾਈਫ ਕਹਿੰਦੀ ਹੈ ਕਿ ਹਾਂ ਤੂੰ ਬੋਲਦੇ ਨਹੀਂ ਤਾਂ ਤੇਰੀ ਲੜਕੀ ਨੂੰ ਇਸ ਚੀਜ਼ ਦਾ ਜਿਹੜਾ ਹੈ ਖਮਿਆਜ਼ਾ ਭੁਗਤਣਾ ਪਏਗਾ ਕਿ ਤੂੰ ਇਸੀ ਆਟੋ ਬਾਇਓਗ੍ਰਾਫੀ ਬਾਰੇ ਚੰਗੀਆਂ-ਚੰਗੀਆਂ ਗੱਲਾਂ ਬੋਲ ਦੇ ਲੇਕਿਨ ਉਹ ਅੰਦਰੋਂ 나ਥ ਨਹੀਂ ਚਾਹੁੰਦਾ ਕਿਉਂਕਿ ਉਸਦੀ ਧੀ ਦੇ ਨਾਲ ਉਸਨੇ ਐਨਾ ਗੰਦਾ ਵਿਵਹਾਰ ਕਰਨ ਕੀਤਾ ਹੁੰਦਾ ਲੇਕਿਨ ਫਿਰ ਵੀ ਉਹ ਬੋਲਦਾ but looking at the ply of his daughter lekin apni daughter di sukh suvidha karke apply karke jada hai in the final scene of the second act second act de final scene de vich ki hunda nath gives a hypocrite speech by praising arun's autobiography against his will apni ichha de against jaake jada hai oh arun di autobiography de utte jhooth bolda hai bahut prashansa de vich shabd bolda hai ਹੈ ਨਾ ਉਹ ਚਾਹੁੰਦਾ ਨਹੀਂ ਕਿ ਮੈਂ ਇਹਦੀ ਪ੍ਰਸ਼ੰਸਾ ਕਰਾਂ ਲੇਕਿਨ ਫੇਰ ਵੀ ਜਿਹੜਾ ਹੈ ਪ੍ਰਸ਼ੰਸਾ ਕਰਦਾ ਹੈ ਤਾਂ ਕਿ ਉਸ ਦੀ ਬੇਟੀ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸ਼ਿਕਾਰ ਨਾ ਹੋਣਾ ਪਵੇ ਇਨ ਫਿਊਚਰ ਇਨ ਫੈਕਟ ਨਾਥ ਵਾਂਟਸ ਟੂ ਪ੍ਰੀਵੈਂਟ ਜੋਤੀ ਫਰੋਮ ਦਾ ਫਰਦਰ ਵਾਇਲੈਂਸ ਅਗਲੀ ਜਿਹੜੀ ਹਿੰਸਾ ਹੈ ਪ੍ਰੈਜ਼ੈਂਟ ਦੇ ਵਿੱਚ ਤਾਂ ਜੋ ਹੋ ਹੀ ਰਹੀ ਹੈ ਲੇਕਿਨ ਜਿਹੜੀ ਫਿਊਚਰ ਦੇ ਵਿੱਚ ਕੋਈ ਹਿੰਸਾ ਹੋਵੇ ਉਸ ਤੋਂ ਉਹ ਆਪਣੀ ਲੜਕੀ ਨੂੰ ਬਚਾਉਣਾ ਚਾਹੁੰਦਾ ਹੈ ਕਿ ਕਿਤੇ ਇਸ ਚੀਜ਼ ਦਾ ਕਮਿਆਜ਼ਾ ਉਹ ਨੂੰ ਕੁੱਟ ਕੇ ਨਾ ਜਿਹੜਾ ਹੈ ਪੁਗਤਾਵੇ ਸੋ ਬਟ ਜੋਤੀ ਡਸ ਨਾਟ ਟੋਲਰੇਟ ਫਾਲਸ ਸਪੀਚ ਐਂਡ ਸ਼ੀ ਲੀਵਸ ਹੋਮ ਫੋਰਐਵਰ ਹੁਣ ਦੇਖੋ ਜੋਤੀ ਜਿਹੜੀ ਹੈਗੀ ਆਪਣੇ ਪੇਰੈਂਟਸ ਨੂੰ ਜਦੋਂ ਸ਼ਾਮ ਨੂੰ ਰਾਤ ਨੂੰ ਮਿਲਣ ਆਉਂਦੀ ਹੈ ਤਾਂ ਉਹ ਜਿਹੜਾ ਹੈ ਇਸ ਚੀਜ਼ ਦੇ ਬਾਰੇ ਕੁਐਸਚਨਿੰਗ ਕਰਦੀ ਹੈਗੀ ਅਨਾਥ ਤੋਂ ਅਤੇ ਉਸ ਨੂੰ ਝੂਠੀ ਸਪੀਚ ਦੇਣਾ ਆਪਣੇ ਪਿਓ ਦੀ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਨਾਥ ਦੀ ਸੋ ਉਹ ਜਿਹੜਾ ਹੈ ਹਮੇਸ਼ਾ ਲਈ ਘਰ ਛੱਡ ਕੇ ਜਿਹੜੀ ਹੈ ਚਲੀ ਜਾਂਦੀ ਹੈ ਐਟ ਦ ਐਂਡ ਅੰਤ ਚ ਕੀ ਹੁੰਦਾ ਨਾਥ ਦਾ ਆਈਡਿਅਲਿਸਟਿਕ ਮੈਨ ਇਜ਼ ਟਰਨਡ ਇਨਟੂ ਰੀਅਲਿਸਟਿਕ ਮੈਨ ਇੱਕ ਅਦਰਸ਼ਵਾਦੀ ਜਿਹੜਾ ਇਨਸਾਨ ਹੁੰਦਾ ਹੈ ਉਹ ਸੱਚੀਵਾਦੀ ਇਨਸਾਨ ਦੇ ਵਿੱਚ ਬਦਲ ਜਾਂਦਾ ਹੈ ਉਸ ਨੂੰ ਇਹ ਰੀਅਲਾਈਜ਼ ਹੋ ਜਾਂਦਾ ਹੈ ਕਿ ਦਲਿਤ ਜਿਹੜੇ ਨੇ ਉਹਨਾਂ ਦਾ ਜਿੰਨਾ ਵੀ ਭਲਾ ਕਰੋ ਕੁਝ ਵੀ ਨਹੀਂ ਹੋ ਸਕਦਾ ਸੋ ਇਸ ਕਰਕੇ ਜਿਹੜੀ ਹੈ ਇਸ ਪਲੇ ਦੀ ਕੰਟਰੋਵਰਸੀ ਬਹੁਤ ਕੀਤੀ ਗਈ ਸੀ ਬਹੁਤ ਹੀ ਕ੍ਰਿਟੀਸਾਈਜ਼ ਇਹਨਾਂ ਨੂੰ ਕੀਤਾ ਗਿਆ ਸੀ ਲੇਕਿਨ ਸੋਸ਼ੀਓ ਪੋਲੀਟਿਕਲ ਤੌਰ ਤੇ ਦੇਖਿਆ ਜਾਵੇ ਤਾਂ ਇਹ ਨੋਵਲ ਇਹ ਪਲੇ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਚੜਿਆ ਸੀਗਾ सो ही सेट द एंड इन रेस तो अंत के गुस्से के बोलता है दैट द एंट्रेस ऑफ सच दलित और यू कैन से अरुण ठीक है सच अरुण या फिर यू कैन से दलित हैज पोल्यूट हीज होम सो कहें भी इस दलित ने मेरा घर की अप दिता है अपवित्र करता है दैट इज़ हाउ द ड्रामा एंड विद ज्योति डिपार्चर नैवर टू कम बैक टू नाथ हाउस तो इस तरह ड्रामा जोड़ा है उसका अंत हो जाए इस प्ले का ਜੋਤੀ ਜਿਹੜੀ ਹੈ ਘਰ ਛੱਡ ਕੇ ਹਮੇਸ਼ਾ ਲਈ ਚਲੀ ਜਾਂਦੀ ਹੈ ਨਾ ਦਾ ਅਤੇ ਉਹ ਇਹ ਵੀ ਕਹਿ ਕੇ ਜਾਂਦੀ ਹੈ ਜਾਣ ਲਗੇ ਕਿ ਤੁਹਾਡਾ ਜਿਹੜਾ ਘਰ ਹੈ ਤੁਹਾਡਾ ਜਿਹੜਾ ਸੰਸਾਰ ਹੈ ਉਹ ਝੂਠਾ ਹੈ ਕਟੋ-ਕਟ ਅਰुण ਦਾ ਘਰ ਜਿਹੜਾ ਹੈ ਸੱਚਾ ਜਿੱਦਾਂ ਦਾ ਉਹ ਹੈ ਓਦਾਂ ਦਾ ਹੀ ਉਹ ਬਿਹੇਵ ਕਰਦਾ ਤੁਸੀਂ ਹੋ ਕੀ ਤੇ ਤੁਸੀਂ ਕਿੱਦਾਂ ਬਿਹੇਵ ਕਰਦੇ ਵੀ ਤੁਸੀਂ ਤਾਂ ਗਾਂਧੀ ਦੀ ਆਈਡਿਅਲਿਸਟਿਕ ਚੀਜ਼ ਤੇ ਤੁਰਦੇ ਸੀ ਤੇ ਤੁਸੀਂ ਜਿਹੜਾ ਹੈ ਅਸਲੀਅਤ ਵਿੱਚ ਕੀ ਦਿਖਾ ਰਹੇ ਹੋ ਹੈਨਾ ਵੀ ਤੁਸੀਂ ਝੂਠੀ ਸਪੀਚ ਕਿਉਂ ਦਿੱਤੀ ਗਾਂਧੀ ਤਾਂ ਕਹਿੰਦਾ ਸੀ ਗਾਂਧੀ ਜੀ ਤਾਂ ਕਹਿੰਦੇ ਸੀਗੇ ਕਿ ਤੁਸੀਂ ਝੂਠੀ ਝੂਠ ਨਹੀਂ ਬੋਲਣਾ ਹੈਗਾ ਅਹਿੰਸਾ ਤੇ ਨਹੀਂ ਚੱਲਣਾ ਅਹਿੰਸਾ ਤੇ ਸੋਲੀ ਚੱਲਣਾ ਹੈ ਕਿ ਅਹਿੰਸਾ ਦਾ ਪਾਲਣ ਕਰਨਾ ਹੈ ਅਤੇ ਹਮੇਸ਼ਾ ਸੱਚ ਬੋਲਣਾ ਹੈ ਝੂਠ ਨਹੀਂ ਬੋਲਣਾ ਤਾਂ ਤੁਸੀਂ ਅੱਜ ਕਿਦਾਂ ਝੂਠ ਬੋਲਾਏ ਤਾਂ ਉਸ ਨੂੰ ਆਪਣੇ ਫਾਦਰ ਦਾ ਝੂਠ ਬੋਲਣਾ ਬਿਲਕੁਲ ਪਸੰਦ ਨਹੀਂ ਆਇਆ ਸੋ ਕਹਿੰਦੀ ਕਿ ਤੁਸੀਂ ਜਿਹੜਾ ਹੈ ਐਟ ਲੀਸਟ ਸੱਚੇ ਰਹੋ ਸੋ ਇਸ ਗੱਲ ਦੀ ਜਿਹੜਾ ਹੈ ਦੁਖਨਾਥ ਨੂੰ ਵੀ ਹੁੰਦਾ ਉਹਦੀ ਵਾਈਫ ਨੂੰ ਵੀ ਹੁੰਦਾ ਲੇਕਿਨ ਜੋਤੀ ਜਿਹੜੀ ਹੈਗੀ ਇਹ ਕਦੇ ਵੀ ਵਾਪਸ ਨਹੀਂ ਆਂਦੀ ਸੋ ਇਹ ਜਿਹੜਾ ਹੈ ਇਸ ਦੇ ਨਾਲ ਜਿਹੜਾ ਹੈ ਐਂਡ ਹੋ ਜਾਂਦਾ ਹੈ ਪਲੇ ਦਾ ਹੋਪ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਹੋਵੇਗਾ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ